ਲੋਕ ਸਭਾ ਚੋਣਾਂ ਦੇ ਵਿਚਾਲੇ ਅਕਾਲੀ ਦਲ ਛੱਡ ਕੇ ਆਪ 'ਚ ਸ਼ਾਮਲ ਹੋਏ ਪਵਨ ਕੁਮਾਰ ਟੀਨੂ। ਸੀਐਮ ਮਾਨ ਨੇ ਪਾਰਟੀ 'ਚ ਕਰਵਾਈ ਜੁਆਇਨਿੰਗ। ਟੀਨੂ ਬੋਲੇ, ਆਮ ਲੋਕਾਂ ਦੀਆਂ ਜ਼ਰੂਰਤਾਂ ਵੱਲ ਦੇ ਰਹੀ ਹੈ ਆਮ ਆਦਮੀ ਪਾਰਟੀ ਧਿਆਨ। ਬਠਿੰਡਾ ਤੋਂ ਲੋਕ ਸਭਾ ਚੋਣ ਲੜੇਗਾ ਲੱਖਾ ਸਿਧਾਣਾ। ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੇ ਦਿੱਤੀ ਟਿਕਟ। 2022 'ਚ ਮੋੜ ਇਲਾਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਦੀ ਚੋਣ ਲੜ ਕੇ ਦੂਜੇ ਨੰਬਰ 'ਤੇ ਰਿਹਾ ਸੀ ਲੱਖਾ ਸਿਧਾਣਾ। ਕੱਲ੍ਹ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰੇਗੀ ਆਪ। ਜਲੰਧਰ ਤੋਂ ਪਵਨ ਕੁਮਾਰ ਟੀਨੂ ਦੀ ਟਿਕਟ ਫਾਈਨਲ, ਤਾਂ ਲੁਧਿਆਣੇ ਤੋਂ ਮੌਜੂਦਾ ਵਿਧਾਇਕ ਨੂੰ ਮਿਲ ਸਕਦਾ ਹੈ ਮੌਕਾ। ਲੋਕ ਸਭਾ ਚੋਣਾਂ ਲਈ ਬੀਜੇਪੀ ਨੇ ਜਾਰੀ ਕੀਤਾ ਸੰਕਲਪ ਪੱਤਰ। ਮਹਿਲਾਵਾਂ, ਗਰੀਬਾਂ ਤੇ ਨੌਜਵਾਨਾਂ ਲਈ ਕਈ ਗਰੰਟੀਆਂ ਦਾ ਐਲਾਨ। 70 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗ ਲਈ ਆਯੁਸ਼ਮਾਨ ਯੋਜਨਾ। UCC ਤੋਂ ਲੈ ਕੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਵੀ ਕੀਤਾ ਵਾਅਦਾ। ਬੀਜੇਪੀ ਦੇ ਮੈਨੀਫੈਸਟੋ ਤੇ ਵਿਰੋਧੀਆਂ ਦਾ ਹਮਲਾ। ਰਾਹੁਲ ਬੋਲੇ, ਸੰਕਲਪ ਪੱਤਰ ਤੋਂ ਮਹਿੰਗਾਈ ਤੇ ਬੇਰੁਜ਼ਗਾਰੀ ਗਾਇਬ। ਅਹਿਮ ਮੁੱਦਿਆਂ ਤੇ ਚਰਚਾ ਨਹੀਂ ਕਰਨਾ ਚਾਹੁੰਦੀ ਭਾਜਪਾ, ਤਾਂ ਆਪ ਨੇ PM ਦੀ ਗਰੰਟੀ ਨੂੰ ਦੱਸਿਆ ਸਿਰਫ ਜੁਮਲਾ। ਅਕਾਲੀ ਦਲ ਵੱਲੋਂ ਸੰਗਰੂਰ ਤੋਂ ਇਕਬਾਲ ਸਿੰਘ ਝੁੰਦਾ ਨੂੰ ਬਣਾਇਆ ਉਮੀਦਵਾਰ ਬਣਾਉਣ ਤੋਂ ਢੀਂਡਸਾ ਪਰਿਵਾਰ ਨਾਰਾਜ਼। ਕਿਹਾ, ਸਾਨੂੰ ਬਿਨਾਂ ਪੁੱਛੇ ਦਿੱਤੀ ਗਈ ਟਿਕਟ, ਪਾਰਟੀ ਨੇ ਨਹੀਂ ਨਿਭਾਇਆ ਆਪਣਾ ਵਾਅਦਾ। ਪੰਜਾਬ 'ਚ ਕਿਸਾਨਾਂ ਵੱਲੋਂ BJP ਉਮੀਦਵਾਰਾਂ ਦਾ ਵਿਰੋਧ ਜਾਰੀ। ਸਮਾਣਾ 'ਚ ਜਥੇਬੰਦੀਆਂ ਨੇ ਪਰਨੀਤ ਕੌਰ ਦਾ ਕੀਤਾ ਵਿਰੋਧ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ। ਡਾਕਟਰ ਅੰਬੇਡਕਰ ਜਯੰਤੀ ਮੌਕੇ ਦੇਸ਼ ਭਰ 'ਚ ਆਮ ਆਦਮੀ ਪਾਰਟੀ ਦਾ ਹੱਲਾ ਬੋਲ। ਸ਼ਹਿਰ ਸ਼ਹਿਰ ਕਰ ਰਹੇ ਪ੍ਰਦਰਸ਼ਨ। ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ਼ ਜਤਾਇਆ ਵਿਰੋਧ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਨੇ ਲਈ ਸਲਮਾਨ ਖਾਨ ਦੇ ਘਰ ਬਾਹਰ ਫਾਇਰਿੰਗ ਦੀ ਜ਼ਿੰਮੇਵਾਰੀ। ਅਨਮੋਲ ਬਿਸ਼ਨੋਈ ਨੇ ਸੋਸ਼ਲ ਮੀਡੀਆ ਪੋਸਟ ਪਾ ਕੇ ਕੀਤਾ ਕਬੂਲ। ਅੱਜ ਤੜਕੇ ਗਲੈਕਸੀ ਅਪਾਰਟਮੈਂਟ ਬਾਹਰ ਦੋ ਸ਼ੂਟਰਾਂ ਨੇ ਚਲਾਈਆਂ ਸਨ ਗੋਲੀਆਂ। ਸਤਿ ਸ਼੍ਰੀ ਅਕਾਲ, ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦਾ ਆਗਾਜ਼ ਕਰਦੇ ਹਾਂ। ਵਿਸ਼ਵ ਹਿੰਦੂ ਪਰਿਸ਼ਦ ਪ੍ਰਧਾਨ ਦੇ ਕਤਲ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਨੰਗਲ 'ਚ ਧਰਨੇ 'ਚ ਸ਼ਾਮਲ ਹੋਏ ਨੇ ਸੁਨੀਲ ਜਾਖੜ। ਸੁਨੀਲ ਜਾਖੜ ਨੇ ਪਰਿਵਾਰ ਦੇ ਲਈ ਇਨਸਾਫ ਮੰਗਿਆ, ਤਾਂ ਉੱਥੇ ਹੀ ਪਰਿਵਾਰ ਨੇ ਰੋਸ ਦੇ ਵਜੋਂ ਉਨਾ ਚੰਡੀਗੜ੍ਹ ਹਾਈਵੇ ਜਾਮ ਕਰ ਦਿੱਤਾ। ਦੱਸ ਦਈਏ ਕਿ ਬੀਤੇ ਦਿਨੀ ਇਸ ਵਿਅਕਤੀ ਦਾ ਕਤਲ ਹੋਇਆ ਸੀ। ਅਣਪਛਾਤਿਆਂ ਦੇ ਵੱਲੋਂ ਦੁਕਾਨ 'ਚ ਵੜ ਕੇ ਗੋਲੀਆਂ ਮਾਰੀਆਂ ਗਈਆਂ ਸਨ, ਤਾਂ ਉਹਨਾਂ ਦਾ ਕਤਲ ਹੋ ਗਿਆ ਸੀ। ਇਸ ਮਾਮਲੇ ਦੇ ਵਿੱਚ ਹੁਣ ਪਰਿਵਾਰ ਦੇ ਵੱਲੋਂ ਰੋਸ ਜਤਾਇਆ ਜਾ ਰਿਹਾ, ਤਾਂ ਉੱਥੇ ਹੀ ਭਾਜਪਾ ਆਗੂ ਸੁਨੀਲ ਜਾਖੜ ਵੀ ਪਹੁੰਚੇ ਨੇ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਦੋਂ ਤਾਈ ਆ ਤਾਂ ਇਸੇ ਤਰ੍ਹਾਂ ਹੀ ਬੈਠਾਂਗੇ ਸਾਹਿਬ। ਕਿਸੇ ਦੀ ਅਗਰ ਕੋਪਰੇਸ਼ਨ ਹੈ ਜਾਣ ਦਿਓ ਸਾਹਿਬ, ਮੇਰੀ ਬੇਨਤੀ ਹੱਥ ਕਰਕੇ ਸਾਈਡ 'ਚੋਂ ਕੱਢਣ ਦਿਓ, ਕਿਹਨੂੰ ਕੋਈ ਬਾਹਲੀ ਕਾਹਲ ਹੋਈ ਖੜੀ ਹੈ, ਕਰਵਾਉਣ ਦਿਓ ਆਪਰੇਸ਼ਨ। ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇ ਆਪਾਂ ਕਿਸੇ ਅਜੇ ਇੱਕ ਸ਼ਖਸ ਜਾਂ ਕੋਈ ਅਜੇ ਹੋਰ ਕੋਈ ਸ਼ਖਸ ਆ ਕੇ ਅਜੇ ਮੌਕੇ 'ਚ ਗਮਗੀਨ ਮੌਕੇ ਦੇ ਅੰਦਰ ਭੜਕਾਉਣ ਦਾ ਕੋਈ ਇਸ ਕਿਸਮ ਦਾ ਬਿਆਨ ਛੱਡੇ ਜਾਂ ਕੋਈ ਇਸ ਹਰਕਤ ਕਰੇ, ਆਪਾਂ ਅੱਖਾਂ ਮਿਚਣੀ, ਆਪਾਂ ਪੰਜਾਬ ਦੇਖਣਾ ਸਾਹਿਬ, ਪੰਜਾਬ ਦੇ ਅੰਦਰ ਉਹ ਅੱਗ ਨਹੀਂ ਲੱਗਣ ਦੇਣੀ ਆਪਾਂ। ਇਹ ਲੋਕ ਤਾਂ ਵੋਟਾਂ ਵਾਸਤੇ ਕੁਛ ਵੀ ਕਰ ਜਾਣਗੇ, ਪਰ ਆਪਣੇ ਬੱਚਿਆਂ ਨੇ, ਇਹਨਾਂ ਦਾ ਭਵਿੱਖ ਹੈ, ਜਿਹੜੀ ਬੱਚੀ ਹੈ ਇਹਨਾਂ ਦਾ ਭਵਿੱਖ ਦੇ ਆਪਾਂ ਨਿਗਹਿਬਾਨ ਹੈ ਸਭ। ਇਸ ਕਰਕੇ ਮੇਰੀ ਬੇਨਤੀ ਹੈ, ਭਾਈਚਾਰਕ ਸਾਂਝ ਦਾ ਟੀਚਾ ਰੱਖ ਕੇ ਉਹਦੇ ਬਾਅਦ ਕੋਈ ਗੱਲ ਕਰਨੀ, ਆਪਾਂ ਉਸ ਸਾਂਝ ਨੂੰ ਬਣਾਏ ਰੱਖੀਏ, ਪੰਜਾਬ ਦੀ ਜਿਹੜੀ ਪਹਿਚਾਣ ਹੈ ਉਹਨੂੰ ਬਣਾਏ ਰੱਖੀਏ, ਪੰਜਾਬੀਆਂ ਦਾ ਭਾਈਚਾਰਕ ਸਾਂਝ ਏਕਤਾ ਬਣਾਈ ਰੱਖੀਏ, ਇਹਦੇ ਕਰਕੇ ਅੱਜ ਬੈਠੇ ਹਾਂ। ਪਰ
ਜਾਂਦੇ ਨੂੰ ਮੈਂ ਇਕੱਲਾ ਹੀ ਬੈਠਾ ਮੈਂ ਕਾਫੀ ਹਾਂ ਜਦ ਰਜਿਸਟ੍ਰੇਸ਼ਨ ਆ ਕੇ ਪਰਿਵਾਰ ਦਾ ਤੁਸੀਂ ਤਾਂ ਉੱਥੇ ਹੀ ਨੰਗਲ ਕਤਲ ਮਾਮਲੇ 'ਤੇ ਮੰਤਰੀ ਹਰਜੋਤ ਬੈਂਸ ਦਾ ਵੀ ਬਿਆਨ ਸਾਹਮਣੇ ਆਇਆ। ਮੰਤਰੀ ਹਰਜੋਤ ਬੈਂਸ ਨੇ ਇਸ ਘਟਨਾ 'ਤੇ ਅਫਸੋਸ ਜਤਾਇਆ ਅਤੇ ਉੱਥੇ ਹੀ ਦੋਸ਼ੀਆਂ ਨੂੰ ਕਿਸੇ ਵੀ ਹਾਲਾਤ 'ਚ ਨਹੀਂ ਬਖਸ਼ੇ ਦਿੱਤੇ ਜਾਣ ਦਾ ਬਿਆਨ ਵੀ ਦਿੱਤਾ। ਉਹਨਾਂ ਨੇ ਕਿਹਾ ਕਿ ਦੋਸ਼ੀ ਇਸ ਘਿਨੌਣੇ ਕੰਮ ਨੂੰ ਦਾ ਇੰਜਾਮ ਭੁਗਤਣ ਦੇ ਲਈ ਤਿਆਰ ਰਹਿਣ। ਉੱਥੇ ਹੀ ਉਹਨਾਂ ਨੇ ਪਰਿਵਾਰ ਨੂੰ ਭਰੋਸਾ ਵੀ ਦਿੱਤਾ ਕਿ ਜਲਦ ਹੀ ਉਹਨਾਂ ਨੂੰ ਇਨਸਾਫ਼ ਮਿਲੇਗਾ। ਪੀੜਿਤ ਪਰਿਵਾਰ ਦੇ ਨਾਲ ਮੇਰੀਆਂ ਸੰਵੇਦਨਾਵਾਂ ਨੇ। ਤਾਂ ਕੱਲ੍ਹ ਨੰਗਲ 'ਚ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਧਾਨ ਦਾ ਕਤਲ ਹੋਇਆ ਸੀ। ਤੇਜ਼ਧਾਰ ਹਥਿਆਰਾਂ ਦੇ ਨਾਲ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਦੁਕਾਨ 'ਚ ਵੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਹਮਲਾਵਰ ਐਕਟਿਵਾ 'ਚ ਸਵਾਰ ਹੋ ਕੇ ਆਏ ਸੀ। ਇਹ ਦੋ ਬਦਮਾਸ਼ ਸੀ ਜਿਨ੍ਹਾਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਅਤੇ ਕਤਲ ਕਰਕੇ ਮੌਕੇ ਤੋਂ ਉੱਥੇ ਫਰਾਰ ਹੋ ਗਏ ਸੀ। ਮਨਭਾਗੀ ਦੁੱਖਦਾਈ ਘਟਨਾ ਹੈ, ਪਰ ਮੈਂ ਆਪ ਸਭ ਨੂੰ ਇੱਕ ਗੱਲ ਬੜੇ ਹੀ ਦਾਅਵੇ ਨਾਲ ਅਤੇ ਵਿਸ਼ਵਾਸ ਦਵਾਉਂਦਾ ਹਾਂ। ਮੇਰੀ ਕੱਲ੍ਹ ਰਾਤ ਤੋਂ DGP ਪੰਜਾਬ ਪੁਲਿਸ ਅਤੇ ਪੁਲਿਸ ਦੇ ਵੱਖ ਵੱਖ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਹੋ ਰਹੀ ਹੈ। ਜੋ ਕੋਈ ਵੀ ਦੋਸ਼ੀ ਹਨ, ਜੋ ਕੋਈ ਵੀ ਇਸ ਦੇ ਮਾਸਟਰ ਮਾਈਂਡ ਹਨ, ਉਹ ਬਖਸ਼ੇ ਨਹੀਂ ਜਾਣਗੇ। ਹੁਣ ਸਿਰਫ ਕੁਛ ਸਮੇਂ ਦੀ ਗੱਲ ਹੈ, ਉਹ ਆਪਣਾ ਇੰਜਾਮ ਭੁਗਤਣ ਦੇ ਲਈ ਤਿਆਰ ਹੈ। ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਹੈ। ਇਹ ਸਾਡੇ ਨੰਗਲ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਹੈ। ਉਹ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ। ਵਿਕਾਸ ਸਾਡਾ ਭਰਾ, ਅਸੀਂ ਸਾਡੇ ਪਾਰਟੀਆਂ ਵੱਖ ਹੋ ਸਕਦੀਆਂ, ਵਿਚਾਰਕ ਮਤਭੇਦ ਹੋ ਸਕਦੇ ਹੈ, ਪਰ ਜਦੋਂ ਵੀ ਸਾਡੇ ਸ਼ਹਿਰ ਦੀ ਗੱਲ ਆਵੇ ਅਸੀਂ ਇੱਕ ਹਾਂ, ਸਾਡੇ ਸੂਬੇ ਦੀ ਗੱਲ ਆਵੇ, ਸਾਡੇ ਦੇਸ਼ ਦੀ ਗੱਲ ਆਵੇ, ਅਸੀਂ ਇੱਕ ਹਾਂ। ਸਰਬਜੀਤ ਸਿੰਘ ਦੇ ਕਾਤਲ ਦਾ ਕਤਲ ਕਰਨ ਵਾਲੇ ਦਾ ਕਤਲ ਕਰ ਦਿੱਤਾ ਗਿਆ। ਲਾਹੌਰ 'ਚ ਮਾਰਿਆ ਗਿਆ ਸਰਫਰਾਜ਼ ਉਰਫ ਅਮੀਰ ਤਾਂਬਾ। ਅਣਪਛਾਤੇ ਗਨਮੈਨ ਨੇ ਗੋਲੀ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ। ਸਰਫਰਾਜ਼ ਨੇ ਜੇਲ੍ਹ ਦੇ ਵਿੱਚ ਸਰਬਜੀਤ ਸਿੰਘ ਦਾ ਕਤਲ ਕੀਤਾ ਸੀ। ਤਾਂ ਪਾਕਿਸਤਾਨ ਦੀ ਜੇਲ੍ਹ 'ਚ ਬੰਦ ਸੀ ਸਰਬਜੀਤ ਸਿੰਘ, ਜਿਸਦਾ ਉਹਨਾਂ ਜਿਨ੍ਹਾਂ ਨੇ ਉਸਦਾ ਕਤਲ ਕੀਤਾ ਸੀ ਉਸਦਾ ਕਤਲ ਕਰ ਦਿੱਤਾ ਗਿਆ। ਤਾਂ ਲਾਹੌਰ 'ਚ ਮਾਰਿਆ ਗਿਆ ਸਰਫਰਾਜ਼ ਉਰਫ ਅਮੀਰ ਤਾਂਬਾ, ਜਿਸਨੇ ਸਰਬਜੀਤ ਦਾ ਕਤਲ ਕੀਤਾ ਸੀ। ਤਾਂ ਸਰਬਜੀਤ ਸਿੰਘ ਪਾਕਿਸਤਾਨ ਦੀ ਜੇਲ੍ਹ 'ਚ ਬੰਦ ਸਨ, ਜਿਨ੍ਹਾਂ ਦਾ ਉੱਥੇ ਕਤਲ ਕਰ ਦਿੱਤਾ ਗਿਆ ਸੀ। ਹੁਣ ਅਣਪਛਾਤੇ ਗਨਮੈਨ ਦੇ ਵੱਲੋਂ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤਾਂ ਲਾਹੌਰ 'ਚ ਸਰਫਰਾਜ਼ ਉਰਫ ਅਮੀਰ ਤਾਂਬਾ ਮਾਰਿਆ ਗਿਆ। ਅਣਪਛਾਤੇ ਗਨਮੈਨ ਨੇ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ। ਸਰਫਰਾਜ਼ ਨੇ ਜੇਲ੍ਹ 'ਚ ਸਰਬਜੀਤ ਸਿੰਘ ਦਾ ਕਤਲ ਕੀਤਾ ਸੀ। ਪਾਕਿਸਤਾਨ ਦੀ ਜੇਲ੍ਹ 'ਚ ਬੰਦ ਸੀ ਸਰਬਜੀਤ ਸਿੰਘ। ਤਾਂ ਵਧੇਰੀ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਵਿਨੇਸ਼ ਕਟਾਰੀਆ ਜੀ ਜੁੜੇ ਨੇ। ਵਿਨੇਸ਼, ਕੀ ਕੁਝ ਜਾਣਕਾਰੀ ਹੈ ਇਸ ਪੂਰੀ ਖਬਰ ਤੇ? ਦੇਖੋ ਪ੍ਰੀਤੀ, ਇਸ ਜਿਹੜੇ ਸਰਬਜੀਤ ਸੀਗੇ ਇੰਡੀਅਨ ਸਿਟੀਜ਼ਨ ਸੀਗੇ, ਜਿਹੜੇ ਅੰਮ੍ਰਿਤਸਰ ਦੇ ਨੇੜੇ ਉਹਨਾਂ ਦਾ ਪਿੰਡ ਸੀਗਾ, ਅਤੇ ਉਹ ਕਾਫੀ ਟਾਈਮ ਤੋਂ ਜਿਹੜੇ ਉੱਥੇ ਪਾਕਿਸਤਾਨ ਦੀ ਜੇਲ੍ਹ ਵਿੱਚ ਕੈਦ ਸੀਗੇ। ਅਤੇ ਕੁਛ ਸਾਲ ਪਹਿਲਾਂ ਉਹਨਾਂ ਦੀ ਖਬਰ ਆਈ ਸੀਗੀ ਕਿ ਉੱਥੇ ਜੇਲ੍ਹ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ। ਅਤੇ ਹੁਣ ਇਹ ਖਬਰ ਆ ਰਹੀ ਹੈ ਕਿ ਜਿਨ੍ਹਾਂ ਦੇ ਉੱਪਰ ਆਰੋਪ ਸੀਗਾ, ਜਿਸ ਦੇ ਉੱਪਰ ਆਰੋਪ ਸੀ ਸਰਬਜੀਤ ਸਿੰਘ ਨੂੰ ਮਾਰਨ ਦਾ,
ਉਹਨਾਂ ਦਾ ਨਾਮ ਹੈ ਸਰਫਰਾਜ਼ ਉਰਫ ਅਮੀਰ ਤਨਵਾ, ਅਤੇ ਉਸ ਦੀ ਵੀ ਜਿਹੜੀ ਹੈ ਉੱਥੇ ਕਿਲਿੰਗ ਹੋ ਗਈ ਹੈ ਪਾਕਿਸਤਾਨ ਦੇ ਵਿੱਚ, ਲਾਹੌਰ ਦੇ ਵਿੱਚ। ਅਤੇ ਇਹ ਜਿਹੜਾ ਜਿਨ੍ਹਾਂ ਦਾ ਮੈਂ ਨਾਮ ਲੈ ਰਿਹਾ ਸਰਫਰਾਜ਼ ਉਰਫ ਅਮੀਰ ਤਨਵਾ, ਇਹ ਦੱਸਿਆ ਜਾ ਰਿਹਾ ਕਿ ਜਿਹੜੇ ਮੋਸਟ ਵਾਂਟਡ ਟੈਰਰਿਸਟ ਹੈ ਇੰਡੀਆ ਲਈ ਹਾਫਿਜ਼ ਸਈਦ, ਇਹ ਉਹਨਾਂ ਦੇ ਕਰੀਬੀ ਮੰਨੇ ਜਾਂਦੇ ਸੀਗੇ। ਅਤੇ ਉਸ ਤੋਂ ਬਾਅਦ ਜਿਹੜੀ ਅੱਜ ਇਸ ਤਰੀਕੇ ਦੀ ਖਬਰ ਆ ਰਹੀ ਹੈ ਕਿ ਉਹਨਾਂ ਅਮੀਰ ਤਨਵਾ ਦੀ ਉੱਥੇ ਮਰਡਰ ਹੋ ਗਿਆ, ਅਤੇ ਇਹ ਕਿਤੇ ਨਾ ਕਿਤੇ ਇਹ ਹੈ ਕਿ ਜਿਹੜੇ ਆਪਣੇ ਇੰਡੀਅਨ ਗਵਰਨਮੈਂਟ ਹੈ ਉਹਨਾਂ ਦੇ ਐਫਰਟਸ ਦੇ ਵਿੱਚ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਉਹਨਾਂ ਨੇ ਜਿਹੜਾ ਡਿਪਲੋਮੈਟਿਕਲੀ ਉੱਥੇ ਪ੍ਰੈਸ਼ਰ ਬਿਲਡ ਕੀਤਾ ਹੋਇਆ ਸੀਗਾ, ਅਤੇ ਉਸ ਤੋਂ ਬਾਅਦ ਇਸ ਟਾਈਪ ਦੀ ਖਬਰ ਆ ਰਹੀ ਹੈ ਕਿ ਉਹਨਾਂ ਦੀ ਉੱਥੇ ਮੌਤ ਹੋ ਗਈ ਹੈ। ਤਾਂ ਵਿਨੇਸ਼, ਇਸ ਦੇ ਵਿੱਚ ਕੁਛ ਪਤਾ ਚੱਲ ਪਾਇਆ ਇਹ ਗਨਮੈਨ ਕੌਣ ਸੀ ਜਿਸਨੇ ਉਸਦਾ ਕਤਲ ਕੀਤਾ? ਨਹੀਂ ਪ੍ਰੀਤੀ, ਹਜੇ ਇਸ ਸੰਬੰਧੀ ਕੋਈ ਪਛਾਣ ਨਹੀਂ ਹੋ ਪਾਈ ਹੈ ਜਾਂ ਕਿਹਨਾਂ ਨੇ ਮਾਰਿਆ, ਹਜੇ ਤਾਂ ਅਣਪਛਾਤੇ ਲੋਕਾਂ ਵੱਲੋਂ ਹੀ ਕਿਹਾ ਜਾ ਰਿਹਾ ਹੈ। ਅਤੇ ਪਰ ਇਹ ਖਬਰ ਤਾਂ ਜ਼ਰੂਰ ਕਨਫਰਮ ਹੈ ਕਿ ਅਮੀਰ ਤਨਵਾ ਜਿਹੜੇ ਕਿ ਸਰਬਜੀਤ ਦੇ ਕਾਤਿਲ ਸੀਗੇ, ਸਰਬਜੀਤ ਜਿਹੜੇ ਪੰਜਾਬ ਦੇ ਵਸਨੀਕ ਸੀਗੇ ਭਾਰਤੀ ਪੰਜਾਬ ਦੇ, ਉਹਨਾਂ ਨੂੰ ਉੱਥੇ ਜਿਹੜੀ ਹੈ ਮੌਤ ਹੋ ਚੁੱਕੀ ਹੈ। ਧੰਨਵਾਦ ਵਿਨੇਸ਼ ਪੂਰੀ ਜਾਣਕਾਰੀ ਦੇ ਲਈ। Headlines presented by DY Immigration, deals in study visa, skilled visa and PR. Headlines presented by DY Immigration, deals in study visa, skilled visa and PR. ਸੰਵਿਧਾਨ ਦੇ ਅਨੁਸਾਰ ਚੱਲੋ ਵੋਟਾਂ 'ਚ ਲੜੋ, ਪਰ ਇਹਨਾਂ ਨੇ ਹੌਲੀ ਹੌਲੀ ਵੋਟ ਸਿਸਟਮ ਖਤਮ ਕਰਨ ਦੇ ਪਲਾਨ 'ਚ ਹੈ। ਸੋ ਮੈਂ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿ ਇਹ ਸਰਕਾਰ ਦਾ ਹਟਾਉਣਾ ਬਹੁਤ ਜ਼ਰੂਰੀ ਹੈ ਅਤੇ ਦੇਸ਼ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਅੱਜ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਈ ਹੈ, ਪਵਨ ਕੁਮਾਰ ਟੀਨੂੰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਜੁਆਇਨ ਕੀਤਾ, ਅਕਾਲੀ ਦਲ ਨੂੰ ਵੱਡਾ ਝਟਕਾ ਹੈ, ਕਿਸ ਤਰ੍ਹਾਂ ਵੇਖਦੇ ਹੋ ਪੰਜਾਬ ਦੇ ਸਮੀਕਰਨ? ਦੇਖੋ ਜਿਹੜੇ ਲੋਕਾਂ ਦੀ ਪਸੰਦ ਨੇ, ਕੰਮ ਕਰਨਾ ਚਾਹੁੰਦੇ ਨੇ ਅਤੇ ਚੰਗੀ ਸੋਚ ਨਾਲ ਜੁੜਨਾ ਚਾਹੁੰਦੇ, ਉਹਨਾਂ ਦਾ ਸਵਾਗਤ ਹੈ ਜੀ, ਅੱਛੀ ਗੱਲ ਹੈ। ਤੇ ਬਿਲਕੁਲ ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 22-23 ਦੀ ਨੇ ਜਿੱਥੇ ਪ੍ਰੋਟੈਸਟ ਕੀਤਾ ਜਾ ਰਿਹਾ, ਸੈਕਟਰ 22 ਤੋਂ ਲੈ ਕੇ ਸੈਕਟਰ 23 ਤੱਕ ਜਿਹੜਾ ਮਾਰਚ ਕੱਢਿਆ ਜਾ ਰਿਹਾ, ਔਰ ਹੱਥਾਂ 'ਚ ਬੈਨਰਸ ਲੈ ਕੇ ਸੰਵਿਧਾਨ ਬਚਾਓ ਤਾਨਾਸ਼ਾਹੀ ਹਟਾਓ ਲੈ ਕੇ ਅੱਜ ਅਨਮੋਲ ਗਗਨਮਾਲ ਅਤੇ ਹੋਰ ਆਮ ਆਦਮੀ ਪਾਰਟੀ ਦੇ ਕਾਊਂਸਲਰ, ਆਮ ਆਦਮੀ ਪਾਰਟੀ ਦੇ ਸ਼ਹਿ ਪ੍ਰਭਾਰੀ ਸੰਨੀ ਆਹਲੂਵਾਲੀਆ ਪੂਰਾ ਅੱਜ ਪੂਰੀ ਸੈਕਟਰ 22 ਤੋਂ ਲੈ ਕੇ ਸੈਕਟਰ 23 ਤੱਕ ਇਹ ਪੂਰਾ ਮਾਰਚ ਕੀਤਾ ਜਾ ਰਿਹਾ, ਅਤੇ ਸਾਫ਼ ਤੌਰ 'ਤੇ ਇੱਕ ਪ੍ਰਦਰਸ਼ਨ ਦੇ ਰੂਪ ਨੇ ਇਹ ਕੀਤਾ ਜਾ ਰਿਹਾ ਕਿ ਅੱਜ ਦੇ ਦਿਨ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਤਾਨਾਸ਼ਾਹੀ ਕੀਤੀ ਜਾ ਰਹੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਸੁਖਜਿੰਦਰ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਤਾਂ ਪਵਨ ਟੀਨੂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਪ 'ਚ ਸ਼ਾਮਲ ਹੋ ਗਏ ਨੇ, ਸੀਐਮ ਮਾਨ ਨੇ ਉਹਨਾਂ ਨੂੰ ਆਪ 'ਚ ਸ਼ਾਮਲ ਕਰਵਾਇਆ, ਆਮ ਲੋਕਾਂ ਦੇ ਲਈ ਕੰਮ ਕਰ ਰਹੀ ਹੈ ਆਪ ਸਰਕਾਰ। ਤਾਂ ਟੀਨੂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ, ਉਹਨਾਂ ਨੇ ਕਿਹਾ ਹੈ ਕਿ ਸਿੱਖਿਆ ਅਤੇ ਸਿਹਤ ਦੇ ਖੇਤਰ ਦੇ ਵਿੱਚ ਸ਼ਾਨਦਾਰ ਕੰਮ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ। ਤਾਂ ਇਸ ਦੇ ਚੱਲਦੇ ਹੀ ਉਹ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ। ਉਹਨਾਂ ਨੇ ਕਿਹਾ ਹੈ ਕਿ ਕੁਝ ਧਿਰਾਂ ਦਾ ਸੰਵਿਧਾਨ 'ਤੇ ਸਟੈਂਡ ਸਪੱਸ਼ਟ ਨਹੀਂ ਹੈ, ਇਹ ਉਹਨਾਂ ਦੇ ਵੱਲੋਂ ਬਿਆਨ ਵੀ ਦਿੱਤਾ ਗਿਆ। ਪਵਨ ਟੀਨੂ ਨੂੰ ਜਲੰਧਰ ਤੋਂ
ਟਿਕਟ ਵੀ ਦਿੱਤੀ ਜਾ ਸਕਦੀ ਹੈ। ਆਦਮਪੁਰ ਤੋਂ ਉਹ ਦੋ ਵਾਰ ਵਿਧਾਇਕ ਰਹਿ ਚੁੱਕੇ ਨੇ। 2012 ਤੇ 2017 ਚ ਉਹ ਦੋ ਵਾਰ ਵਿਧਾਇਕ ਰਹੇ ਨੇ। ਹਾਲਾਂਕਿ 2014 ਚ ਜਲੰਧਰ ਤੋਂ ਲੋਕ ਸਭਾ ਚੋਣ ਲੜੇ ਪਰ ਹਾਰ ਗਏ ਸੀ। 2022 ਚ ਵਿਧਾਨ ਸਭਾ ਚੋਣ ਵੀ ਹਾਰੇ ਸੀ। ਤਾਂ ਪਵਨ ਟੀਨੂ ਜੋ ਕਿ ਅਕਾਲੀ ਦਲ ਚ ਸੀ, ਹੁਣ ਉਹ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ। ਸੀਐਮ ਮਾਨ ਦੀ ਅਗਵਾਈ ਦੇ ਹੇਠ ਉਹਨਾਂ ਨੂੰ ਜੁਆਇਨਿੰਗ ਕਰਵਾਈ ਗਈ ਹੈ। ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਿਆ। ਪਵਨ ਕੁਮਾਰ ਟੀਨੂ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਹੈ, ਸਾਡੇ ਨਾਲ ਨੇ। ਪਵਨ ਜੀ, ਸਭ ਤੋਂ ਪਹਿਲਾਂ ਨਿਊਜ਼ 18 ਦੇ ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ। ਟੀਨੂ ਜੀ, ਅੱਜ ਇੱਕ ਵੱਡਾ ਫੈਸਲਾ ਲਿਆ, ਮੁੱਖ ਮੰਤਰੀ ਨੇ ਖੁਦ ਤੁਹਾਨੂੰ ਸ਼ਾਮਿਲ ਕਰਾਇਆ, ਕਿਸ ਤਰ੍ਹਾਂ ਵੇਖਦੇ ਹੋ ਇਹ ਸਰਕਮਸਟੈਂਸ, ਕਿਉਂਕਿ ਲੋਕ ਸਭਾ ਇਲੈਕਸ਼ਨ ਜਿਹੜੇ ਹੈਗੇ ਉਹ ਬਿਲਕੁਲ ਨੇੜੇ ਹੈ, ਅੱਜ ਤੁਸੀਂ ਜੁਆਇਨ ਕੀਤਾ, ਕਿਸ ਤਰ੍ਹਾਂ? ਮੇਰੇ ਲਈ ਵਾਕਿਆ ਹੀ ਇਹ ਬੜਾ ਵੱਡਾ ਫੈਸਲਾ ਹੈ, ਕਿਉਂਕਿ ਪਿਛਲੇ 16 ਸਾਲ ਮੈਂ ਸ਼੍ਰੋਮਣੀ ਅਕਾਲੀ ਦਲ 'ਚ ਲਗਾਏ ਅਤੇ ਮੇਰੀ ਸਿਆਸਤ ਜਿਹੜੀ ਆ ਬੜੀ ਇਮਾਨਦਾਰੀ ਵਾਲੀ, ਬੜੀ ਸਾਦੀ, ਆਮ ਲੋਕਾਂ ਵਿੱਚ ਵਿਚਰਨ ਵਾਲੀ ਰਹੀ ਹੈ। ਅਤੇ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਹੈ ਉਹ ਲਗਾਤਾਰ ਪੰਜਾਬ ਦੇ ਲੋਕਾਂ ਦੀ ਸੁਣਵਾਈ ਕਰ ਰਹੀ ਹੈ, ਵੈਲਫੇਅਰ ਕਰ ਰਹੀ ਹੈ, ਭਲਾਈ ਕਰ ਰਹੀ ਹੈ। ਬਿਜਲੀ ਦੇ ਬਿੱਲ 80% ਤੋਂ ਜ਼ਿਆਦਾ ਲੋਕਾਂ ਦੇ ਮਾਫ਼ ਹੋ ਗਏ, ਪਾਣੀ ਦੇ ਬਿੱਲ ਨਹੀਂ ਆਉਂਦੇ, ਚੰਗੇ ਸਕੂਲ ਬਣ ਰਹੇ ਆ, ਕਲੀਨਿਕਾਂ ਅੰਦਰ ਦਵਾਈਆਂ ਮੁਫ਼ਤ ਮਿਲ ਰਹੀਆਂ ਲੋਕਾਂ ਨੂੰ। ਹੋਰ ਦੱਸਦਾ, ਤੁਸੀਂ ਦੇਖੋ ਵੀ ਸਰਕਾਰੀ ਮੁਲਾਜ਼ਮਾਂ ਨਾਲ ਗੱਲ ਕਰੋ, ਕਦੀ ਨਹੀਂ ਕਹਿੰਦੇ ਸਰਕਾਰ ਕਹਿੰਦੀ ਵੀ ਸਾਡੇ ਖਜ਼ਾਨੇ ਬੰਦ ਆ, ਪੈਨਸ਼ਨ ਨਹੀਂ ਆਈ, ਤਨਖਾਹ ਨਹੀਂ ਆਈ, ਹਾਂਜੀ ਖਜ਼ਾਨਾ ਖਾਲੀ ਆ, ਦੇਖਿਆ ਕਦੀ? ਇਹ ਬੜੀਆਂ ਵੱਡੀਆਂ ਪ੍ਰਾਪਤੀਆਂ ਆ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ। ਬਿਲਕੁਲ। ਅਕਾਲੀ ਦਲ, ਕਿਉਂਕਿ ਮੈਨੂਫੈਸਟੋ ਵੀ ਦੇ ਕੋਰ ਕਮੇਟੀ ਵੀ ਤੁਸੀਂ ਆਗੂ ਰਹੇ ਹੋ, ਕਿਸ ਤਰ੍ਹਾਂ ਵੇਖਦੇ ਹੋ, ਕਹਿ ਸਕਦੇ ਹੈ ਕਿਉਂਕਿ ਹੁਣ ਵੀ ਲਿਸਟ ਜਿਹੜੀ ਹੈਗੀ ਉਹ ਆਉਣ ਵਾਲੀ, ਕਿਉਂਕਿ ਰੀਜ਼ਨ ਕੀ ਰਿਹਾ ਕਿ ਤੁਸੀਂ 16 ਸਾਲ ਜਿੱਦਾਂ ਤੁਸੀਂ ਇਮਾਨਦਾਰੀ ਨਾਲ ਪਾਰਟੀ ਨਾਲ ਰਹੇ ਹੋ, ਰੀਜ਼ਨ ਇਹੀ ਰੀਜ਼ਨ ਨੇ ਕਿ ਤੁਸੀਂ ਪਾਰਟੀ 'ਤੇ ਪ੍ਰਭਾਵਿਤ ਹੋਏ? ਦੇਖੋ, ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਜਿਹੜੀ ਲੜਾਈ ਹੈ ਨਾ, ਬੜੀ ਫੈਸਲਾ ਕੁੰਨ ਲੜਾਈ ਹੋਣ ਜਾ ਰਹੀ ਹੈ ਲੋਕ ਸਭਾ 2024 ਦੀ। ਕੌਣ ਕਿੱਧਰ ਖੜ੍ਹਾ ਆ ਇਤਿਹਾਸ ਲਿਖਿਆ ਜਾਊਗਾ, ਇਹ ਕੋਈ ਆਮ ਚੋਣਾਂ ਨਹੀਂ। ਅਤੇ ਇਸ ਵੇਲੇ ਇੱਕ ਪਾਸੇ ਸੰਵਿਧਾਨ ਨੂੰ ਖਤਮ ਕਰਨ ਵਾਲੀਆਂ ਤਾਕਤਾਂ, ਇੱਕ ਪਾਸੇ ਸੰਵਿਧਾਨ ਨੂੰ ਬਚਾਉਣ ਵਾਲੀਆਂ ਤਾਕਤਾਂ, ਅਤੇ ਇਸ ਕਰਕੇ ਹੁਣ ਇਹ ਆਪਣੀ ਜ਼ਿੰਦਗੀ 'ਚ ਫੈਸਲਾ ਲੈਣਾ ਪੈਣਾ ਸੀ ਵੀ ਤੁਸੀਂ ਕਿੱਧਰ ਖੜ੍ਹੇ ਆ। ਅਤੇ ਸ਼੍ਰੋਮਣੀ ਅਕਾਲੀ ਦਲ ਹਾਲੇ ਵੀ ਕਿੱਥੇ ਸਟੈਂਡ ਕਰਦਾ, ਕੀ ਉਹ NDA ਨਾਲ ਆ ਜਾਂ ਉਹ ਇੰਡੀਆ ਅਲਾਇੰਸ ਨਾਲ ਆ, ਹਾਲੇ ਸਪਸ਼ਟ ਹੀ ਨਹੀਂ ਕਰ ਰਿਹਾ। ਲੱਖਾ ਸਿਧਾਣਾ ਲੋਕ ਸਭਾ ਚੋਣਾਂ ਲੜਨਗੇ, ਤਾਂ ਬਠਿੰਡੇ ਤੋਂ ਲੱਖਾ ਸਿਧਾਣਾ ਚੋਣ ਲੜਨਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਹੈ। ਸਿਮਰਨਜੀਤ ਸਿੰਘ ਮਾਨ ਨੇ ਇਸਦਾ ਐਲਾਨ ਕੀਤਾ। ਮੌੜ ਹਲਕੇ ਤੋਂ ਵਿਧਾਨ ਸਭਾ ਦੀ ਉਹਨਾਂ ਦੇ ਵੱਲੋਂ ਪਹਿਲਾਂ ਚੋਣ ਲੜੀ ਗਈ ਸੀ, ਆਜ਼ਾਦ ਉਮੀਦਵਾਰ ਦੇ ਵਜੋਂ ਉਹਨਾਂ ਨੇ ਚੋਣ ਲੜੀ ਸੀ, ਪਰ ਉਹਨਾਂ ਨੂੰ ਜਿੱਤ ਨਹੀਂ ਮਿਲੀ ਸੀ। ਮੌੜ ਹਲਕੇ ਤੋਂ ਦੂਜੇ ਨੰਬਰ 'ਤੇ ਰਹੇ ਸੀ ਲੱਖਾ ਸਿਧਾਣਾ। 2012 'ਚ ਰਾਮਪੁਰਾ ਫੂਲ ਤੋਂ PPP ਉਮੀਦਵਾਰ ਵਜੋਂ ਉਹਨਾਂ ਨੇ ਚੋਣ ਲੜੀ ਸੀ, ਰਾਮਪੁਰਾ ਫੂਲ ਤੋਂ ਵੀ ਉਹਨਾਂ ਨੂੰ ਜਿੱਤ ਨਹੀਂ ਮਿਲੀ ਸੀ। ਤਾਂ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਮੈਦਾਨ 'ਚ ਉਤਾਰਿਆ ਗਿਆ, ਬਠਿੰਡਾ ਤੋਂ ਉਹ ਚੋਣ ਲੜਨਗੇ। ਤਾਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ, ਤਾਂ ਬਠਿੰਡਾ ਤੋਂ ਉਹ ਚੋਣ ਲੜਨਗੇ। ਵੀ ਹਮ ਖਿਆਲੀ ਤੇ ਰਾਮ ਪਾਰਟੀਆਂ ਨੇ, ਹੋਰ ਵੀ ਸਾਡਾ ਚੱਲ ਰਿਹਾ ਯਤਨ ਕਿ ਜਿਹੜੇ
ਸਾਡੀ ਸੋਚ ਦੇ ਵਿਚਾਰਧਾਰਾ ਦੇ ਬੰਦੇ ਹੈਗੇ ਆ ਉਹਨਾਂ ਨਾਲ ਜਿਹੜਾ ਅਸੀਂ ਇਕੱਠੇ ਹੋ ਕੇ ਚੱਲਣਾ। ਅਸੀਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੇ ਹਾਂ ਵੀ ਇਕੱਠੇ ਹਾਂ, ਪਹਿਲਾਂ ਤੋਂ ਹੀ ਇਕੱਠੇ ਸੀ। ਜਿੰਨੇ ਵੀ ਮਾਨ ਸਾਹਿਬ ਦੀ 19 ਵਾਲੀ ਚੋਣ ਦੇ ਵਿੱਚ ਵੀ, ਜਿਮਨੀ ਚੋਣ ਦੇ ਵਿੱਚ ਵੀ ਅਸੀਂ ਹਮੇਸ਼ਾ ਡਟ ਕੇ ਸਾਥ ਦਿੱਤਾ। ਇਹਨਾਂ ਨੇ ਵੀ ਜਦੋਂ 22 ਦੇ ਵਿੱਚ ਇਲੈਕਸ਼ਨ ਲੜੀ ਆ ਮੌੜ ਤੋਂ, ਇਹਨਾਂ ਨੇ ਸਾਨੂੰ ਉਸ ਵੇਲੇ ਸਮਰਥਨ ਦਿੱਤਾ ਸੀ। ਸਾਡਾ ਯਾਦ ਤੌਰ 'ਤੇ ਅਸੀਂ ਲੜ ਰਹੇ ਹਾਂ ਚੋਣ। ਉਹ ਕੋਈ ਨਿੱਜੀ ਵਿਚਾਰ ਨੇ ਜੀ ਮੇਰੇ, ਨਹੀਂ ਨਹੀਂ ਵਿਚਾਰ ਮਿਲਦੇ। ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਕਿਸੇ ਪਾਰਟੀ ਦੇ ਨਾਲ ਹੀ ਰਲ ਕੇ ਚੱਲਣਾ ਹੁੰਦਾ। ਬਹੁਤ ਪਾਰਟੀਆਂ ਗੱਠਜੋੜ 'ਚ ਵੀ ਆਉਂਦੀਆਂ ਨੇ, ਬਹੁਤ ਹੋਰ ਤਰ੍ਹਾਂ ਵੀ ਨੇ। ਜਿਵੇਂ ਕਿਸਾਨਾਂ ਨੇ ਵੀ ਉਸ ਵੇਲੇ ਸਾਡਾ ਸਹਿਯੋਗ ਕੀਤਾ ਸੀ। ਹੁਣ ਕਿਸਾਨ ਤਾਂ ਫਿਰ ਚੋਣ ਲੜਦੇ ਨਹੀਂ ਹੈਗੇ, ਵਿਚਾਰਧਾਰਾ ਸਾਡੀ ਕਿਸਾਨਾਂ ਨਾਲ ਵੀ ਲੜਦੀ ਹੈ। ਆਜ਼ਾਦ ਲੜ ਰਹੇ ਕੇਂਦਰ ਦਾ ਸਮਰਥਨ, ਅਸੀਂ ਸੰਗਰੂਰ ਚ ਇਹਨਾਂ ਨਾਲ। ਪੰਜਾਬ 'ਚ ਬੀਜੇਪੀ ਉਮੀਦਵਾਰਾਂ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਜਾਰੀ ਹੈ। ਬੀਜੇਪੀ ਉਮੀਦਵਾਰ ਪਰਨੀਤ ਕੌਰ ਦਾ ਵਿਰੋਧ ਕੀਤਾ ਗਿਆ। ਸਮਾਣਾ 'ਚ ਕਿਸਾਨਾਂ ਨੇ ਉਹਨਾਂ ਦੇ ਵਿਰੋਧ 'ਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਤਾਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਕਿਸਾਨਾਂ ਨੂੰ ਹਿਰਾਸਤ 'ਚ ਲੈ ਲਿਆ। ਤਾਂ ਪੰਜਾਬ 'ਚ ਲਗਾਤਾਰ ਕਿਸਾਨਾਂ ਦੇ ਵੱਲੋਂ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਜੋ ਵੀ ਕੈਂਪੇਨ ਕਰਨ ਆਉਂਦੇ ਨੇ ਉਮੀਦਵਾਰ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ। ਬੀਤੇ ਦਿਨੀ ਵੀ ਕਈ ਉਮੀਦਵਾਰਾਂ ਦਾ ਵਿਰੋਧ ਕੀਤਾ ਗਿਆ ਸੀ ਤਾਂ ਅੱਜ ਪਰਨੀਤ ਕੌਰ ਜੋ ਕਿ ਸਮਾਣਾ ਪਹੁੰਚੇ ਨੇ ਉੱਥੇ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਤਾਂ ਪੁਲਿਸ ਨੇ ਵੀ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਿਰਾਸਤ 'ਚ ਲੈ ਲਿਆ। ਹਰ ਇੱਕ ਬੰਦੇ ਨੂੰ ਆਪਣੀ ਗੱਲ ਰੱਖਣ, ਚਾਹੇ ਉਹ ਵਿਰੋਧ ਕਰਨ ਚਾਹੇ ਉਹ ਬੋਲ ਕੇ ਰੱਖਣ, ਉਹਨਾਂ ਦਾ ਹੱਕ ਹੈਗਾ। ਸਾਡਾ ਹੱਕ ਹੈਗਾ ਕਿ ਅਸੀਂ ਆਪਣੀ ਪਾਰਟੀ ਵੱਲੋਂ ਆਪਣੇ ਵੱਲੋਂ ਅਸੀਂ ਆਪਣੀ ਗੱਲ ਕਰ ਸਕੀਏ। ਸਭ ਨੂੰ ਕਰਨੀ ਚਾਹੀਦੀ ਹੈ ਗੱਲ, ਔਰ ਫਿਰ ਲੋਕ ਫਤਵਾ ਦੇਣਗੇ ਜੋ ਮਰਜ਼ੀ ਦੇਣ। ਡਾਕਟਰ ਅੰਬੇਡਕਰ ਜਯੰਤੀ ਮੌਕੇ ਦੇਸ਼ ਭਰ 'ਚ ਆਪ ਦਾ ਪ੍ਰਦਰਸ਼ਨ ਸ਼ੁਰੂ ਹੈ। ਜਲੰਧਰ ਅਤੇ ਪਠਾਨਕੋਟ 'ਚ ਆਪ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਆਪ ਆਗੂ ਜੁਟੇ ਹੋਏ ਨੇ ਅਤੇ ਸੰਵਿਧਾਨ ਬਚਾਓ ਤਾਨਾਸ਼ਾਹੀ ਹਟਾਓ ਦਾ ਨਾਰਾ ਦਿੱਤਾ ਜਾ ਰਿਹਾ ਹੈ। ਜਲੰਧਰ 'ਚ ਮੰਤਰੀ ਬਲਕਾਰ ਸਿੰਘ ਦੀ ਅਗਵਾਈ 'ਚ ਧਰਨਾ ਦਿੱਤਾ ਗਿਆ ਤਾਂ ਅੰਮ੍ਰਿਤਸਰ 'ਚ ਮੰਤਰੀ ਹਰਭਜਨ ਸਿੰਘ ETO ਪ੍ਰਦਰਸ਼ਨ 'ਚ ਸ਼ਾਮਲ ਹੋਏ। ਤਾਂ ਇਹ ਦੋ ਤਸਵੀਰਾਂ ਨੇ ਜਲੰਧਰ ਤੇ ਪਠਾਨਕੋਟ। ਮੈਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਵੀ ਦਿੰਦਾ, ਔਰ 13 ਅਪ੍ਰੈਲ ਤੇ 14 ਅਪ੍ਰੈਲ ਇਹ ਪੰਜਾਬ ਦੇ ਵਿੱਚ ਵਾਕਿਆ ਬੜੇ, ਪੰਜਾਬ 'ਚ ਨਹੀਂ ਪੂਰੇ ਦੇਸ਼ ਦੇ ਵਿੱਚ ਬੜੇ ਇਤਿਹਾਸਕ ਦਿਨ। 13 ਅਪ੍ਰੈਲ ਜਿੱਥੇ ਖਾਲਸਾ ਪੰਥ ਦੀ ਸਾਜਨਾ ਦਿਵਸ ਦਾ ਦਿਹਾੜਾ, ਜਦੋਂ ਧੰਨ ਧੰਨ ਸਾਡੇ ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰਿਆਂ ਨੂੰ ਠੰਡੇ ਬਾਟੇ ਦੀ ਪੌਸ਼ ਪਾ ਕੇ ਬਰਾਬਰੀ ਦਾ ਸੰਦੇਸ਼ ਦਿੱਤਾ, ਸਮਾਜਿਕ ਬਰਾਬਰੀ ਦਾ ਸੰਦੇਸ਼ ਦਿੱਤਾ। ਉੱਥੇ 14 ਅਪ੍ਰੈਲ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਜਿਨ੍ਹਾਂ ਦਾ ਜਨਮ ਹੋਇਆ, ਉਹਨਾਂ ਨੇ ਉਹਨਾਂ ਗੁਰੂਆਂ ਦੀ ਸੋਚ 'ਤੇ ਪਹਿਰਾ ਦਿੱਤਾ ਔਰ ਬਰਾਬਰੀ ਦੀ ਸੋਚ ਨੂੰ ਜਿਹੜਾ ਉਸਨੂੰ ਲਾਗੂ ਕਰਕੇ ਉਸਨੂੰ ਸਰਵ
ਉਸਦੇ ਪ੍ਰਤੀ ਸੰਵਿਧਾਨ ਦੀ ਰਚਨਾ ਕਰਕੇ ਇੱਕ ਬਹੁਤ ਵੱਡਾ ਸੰਦੇਸ਼ ਦਿੱਤਾ। ਸੋ ਸਾਥੀਓ, ਮੈਂ ਆਪਣੀ ਪਾਰਟੀ ਦੀ ਸੋਚ ਨੂੰ ਮੁਬਾਰਕਬਾਦ ਦਿੰਦਾ ਕਿ ਉਸ ਸੋਚ ਦੇ ਲਈ ਸਮਰਪਿਤ ਹੈ। 1300 ਦੇ ਬਹਾਨੇ ਆਮ ਆਦਮੀ ਪਾਰਟੀ ਦਾ ਅਕਾਲੀ ਦਲ ਤੇ ਨਿਸ਼ਾਨਾ ਬਿੰਨਿਆ। ਕੈਬਨਿਟ ਮੰਤਰੀ ਹਰਪਾਲ ਚੀਮਾ ਬੋਲੇ ਨੇ ਕਿ ਢੀਂਡਸਾ ਪਰਿਵਾਰ ਨੂੰ ਫਿਰ ਰਿਜੈਕਟ ਕੀਤਾ ਗਿਆ। ਮੇਰੀ ਹਮਦਰਦੀ ਢੀਂਡਸਾ ਪਰਿਵਾਰ ਦੇ ਨਾਲ ਹੈ। ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਨਿੱਜੀ ਜਾਗੀਰ ਬਣਾ ਰੱਖਿਆ। ਇਹ ਬਿਆਨ ਦਿੱਤਾ ਗਿਆ ਹਰਪਾਲ ਚੀਮਾ ਦੇ ਵੱਲੋਂ। ਲੋਕ ਅਕਾਲੀ ਦਲ ਨੂੰ ਸਬਕ ਸਿਖਾਉਣਗੇ, ਤਾਂ ਇਹ ਆਮ ਆਦਮੀ ਪਾਰਟੀ ਦੇ ਵੱਲੋਂ ਬਿਆਨ ਦਿੱਤਾ ਗਿਆ। ਹਰਪਾਲ ਚੀਮਾ ਨੇ ਕਿਹਾ ਕਿ ਮੇਰੀ ਹਮਦਰਦੀ ਢੀਂਡਸਾ ਪਰਿਵਾਰ ਦੇ ਨਾਲ ਹੈ। ਪਰ ਕਦੇ ਕਹਿੰਦੇ ਸੀ ਕਿ ਅਸੀਂ ਢੀਂਡਸਾ ਪਰਿਵਾਰ ਨੂੰ ਰਲਾ ਕੇ ਨਾਂ ਰਲਾ ਕੇ ਪਾਰਟੀ ਤਾਕਤਵਰ ਕਰ ਲਈ, ਅੱਜ ਉਸੇ ਢੀਂਡਸਾ ਪਰਿਵਾਰ ਨੂੰ ਫਿਰ ਰਿਜੈਕਟ ਕਰਤਾ। ਮੇਰੀ ਹਮਦਰਦੀ ਹੈ ਢੀਂਡਸਾ ਪਰਿਵਾਰ ਦੇ ਨਾਲ ਕਿ ਅੱਜ ਉਹਨਾਂ ਨੂੰ ਫਿਰ ਦਰਕਿਨਾਰ ਕਰਤਾ, ਅੱਜ ਫਿਰ ਉਹਨੂੰ ਲਾਂਭੇ ਕਰਤਾ। ਸੋ ਇੱਥੋਂ ਪਤਾ ਲੱਗਦਾ ਹੈਗਾ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਆਪਣੀ ਪਾਰਟੀ ਆ ਉਹਨੂੰ ਆਪਣੀ ਨਿੱਜੀ ਜਗੀਰ ਬਣਾ ਰੱਖਿਆ, ਆਪਣੀ ਨਿੱਜੀ ਪਰਿਵਾਰਕ ਪਾਰਟੀ ਬਣਾ ਰੱਖਿਆ ਹੈਗਾ। ਸੋ ਬਿਲਕੁਲ, ਲੋਕ ਆਉਣ ਵਾਲੇ ਸਮੇਂ 'ਚ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਸਬਕ ਸਿਖਾਉਣਗੇ। ਪਹਿਲਾਂ ਵੀ ਅਕਾਲੀ ਦਲ ਬੁਰੀ ਤਰ੍ਹਾਂ ਹਾਰਿਆ, ਦੂਜੀ ਉਹਨਾਂ ਦੀ ਵੱਡੀ ਇਤਿਹਾਸਕ ਹਾਰ ਹੋਣ ਜਾ ਰਹੀ ਹੈ।